ਨਮਸਕਾਰ ਵੀਰ ਜੀ, ਸਾਰੇ ਵੀਰਾਂ ਨੂੰ ਸੰਦੀਪ ਰੇ ਮਹੰਤ ਦਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਬਾਈ ਸਰਵ ਸਿੰਘ ਪਹੁੰਚ ਚੁੱਕੇ ਆ ਅੱਜ, ਜਦੋਂ ਇਹਨਾਂ ਨੂੰ ਗਾਵਾਂ ਮੱਝਾਂ ਬਾਈ ਕੋਲ ਚਲੋ ਹੁੰਦੀਆਂ ਹੀ ਆ, ਅਤੇ ਆਪਾਂ ਗਾਵਾਂ ਮੱਝਾਂ ਵੀਡੀਓ ਵੀ ਬਣਾਉਣੀ। ਅੱਜ ਤਾਂ ਬਾਈ ਨੂੰ ਇੱਕ ਲੇਬਰ ਚਾਹੀਦੀ ਆ, ਪਰਿਵਾਰ ਆ ਜੇ ਅਤੇ ਜਾਂ ਕੋਈ ਕੱਲ੍ਹ ਹੀ ਆ ਜੇ, ਹੈ ਨਾ ਜੀ। ਅਤੇ ਬਾਕੀ ਬਾਈ ਜੀ ਨਾਲ ਗੱਲਬਾਤ ਕਰਦੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਦੀਪ ਜੀ, ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ, ਦੇਸਾਂ ਵਿਦੇਸਾਂ 'ਚ ਰਹਿੰਦਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਸ ਕਰਦੇ ਹਾਂ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਅੱਗੇ ਅਰਦਾਸ ਕਰਦੇ ਹਾਂ, ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਬਾਕੀ ਸੰਦੀਪ ਜੀ ਆਪਣਾ ਇੱਕੋ ਮੈਸੇਜ ਹੁੰਦਾ, ਮਾਂ ਪਿਓ ਨੂੰ ਸੇਵਾ ਕਰੋ, ਸਤਿਕਾਰ ਕਰੋ, ਸੇਵਾ ਭਾਵਨਾ ਨਾਲ ਪ੍ਰਸ਼ਾਦਾ ਪਾਣੀ ਦਿਆ ਕਰੋ, ਟਾਈਮ ਨਾਲ ਦਿਆ ਕਰੋ। ਹਰ ਵਾਰਾਂ ਸੰਦੀਪ ਜੀ ਆਪਾਂ ਇਹ ਮੈਸੇਜ, ਬਿਲਕੁਲ ਬਾਜੀ ਬੜਾ ਸੋਹਣਾ ਮੈਸੇਜ ਹੈ ਜੀ। ਹਾਂ, ਹਰ ਵਾਰਾਂ ਦਿੰਦੇ ਹਾਂ, ਬਹੁਤ ਪਿਆਰ ਦਿੰਦੇ ਆ ਲੋਕ, ਬਹੁਤ ਨਾਲ ਜੁੜੇ ਵੀ ਆ, ਬਜ਼ੁਰਗ ਵੀ, ਬੱਚੇ ਵੀ, ਬਹੁਤ ਕੁਝ ਇਸ ਚੀਜ਼ ਦੇ ਨਾਲ ਜੁੜਿਆ ਹੈਗਾ ਵਾ, ਕਿਉਂਕਿ ਸਾਡਾ ਵਿਰਸਾ ਹੀ ਇਹੀ ਆ ਕਿ ਮਾਂ ਪਿਓ ਦਾ, ਵੱਡਿਆਂ ਦਾ ਸਤਿਕਾਰ ਕਰਨਾ, ਦਾਦੇ ਦਾਦੀ ਦਾ। ਬਾਕੀ ਸੰਦੀਪ ਜੀ ਅੱਜ ਬੈਠਿਆ ਬੰਦਾ ਸੀ ਆਪਣੇ ਕੋਲ ਕੰਮ ਵਾਲਾ, ਹਾਂਜੀ, ਕੁਛ ਕਾਰਨ ਪਈ ਤੋਂ ਚਲੇ ਗਿਆ, ਠੀਕ ਆ, ਕੁਛ ਕਹਿੰਦਾ ਠੀਕ ਨਹੀਂ ਗਾ ਜਾਂ ਕਿੱਦਾਂ ਵੀ ਆ, ਪਰਮਾਤਮਾ ਜਾਣੇ ਚੰਗਾ ਸਮਾਂ ਲਾ ਗਿਆ, ਅਸੀਂ 7 ਮਹੀਨੇ ਵਧੀਆ ਲਾਂਗੇ, ਹੈ ਨਾ। ਅਤੇ ਅੱਜ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਵੀ ਜੇ ਮੇਰਾ ਵੀਰ ਕੋਈ ਕੰਮ ਕਰਨਾ ਚਾਹੁੰਦਾ ਹੋਵੇ, ਹਾਂਜੀ, ਪਰਿਵਾਰ ਸਮੇਤ ਹੋਵੇ ਸਭ ਤੋਂ ਵਧੀਆ, ਹਾਂਜੀ, ਜੇ ਕੋਈ ਸਿੰਗਲ ਵੀ ਹੋਵੇ ਤੇ ਤਾਂ ਵੀ ਕੋਈ ਗੱਲ ਨਹੀਂ, ਤਾਂ ਵੀ ਕੋਈ ਗੱਲ ਨਹੀਂ, ਪ੍ਰਸ਼ਾਦਾ ਪਾਣੀ ਵਧੀਆ ਦੇਵਾਂਗੇ, ਜੋ ਤਨਖਾਹ ਬਣਦੀ ਉਹ ਵੀ ਵਧੀਆ ਤਰੀਕੇ ਨਾਲ ਦੇਵਾਂਗੇ, ਬਿਲਕੁਲ ਜੀ। ਬੰਦਾ ਵੈਸ਼ਨੂੰ ਹੋਵੇ, ਵੈਸ਼ਨੂੰ ਬੰਦਾ, ਬਿਲਕੁਲ, ਕਿਉਂਕਿ ਅਸੀਂ ਖਾਂਦੇ ਪੀਂਦੇ ਨਹੀਂ ਗੇ, ਹਾਂਜੀ ਹਾਂਜੀ, ਬੰਦਾ ਵੈਸ਼ਨੂੰ ਹੋਵੇ, ਪ੍ਰਸ਼ਾਦੇ ਪਾਣੀ ਦੀ ਤਨਖਾਹ ਵੀ ਵਧੀਆ ਦੇਵਾਂਗੇ, ਹਾਂਜੀ ਹਾਂਜੀ, ਤੇ ਚਵਾਈ ਆਉਂਦੀ ਹੋਵੇ, ਸਭ ਤੋਂ ਜ਼ਰੂਰੀ ਚਵਾਈ, ਚਵਾਈ ਆ ਮੇਨ ਮੇਨ, ਕਿਉਂਕਿ ਉਦਾਂ ਤਾਂ ਭਾਵੇਂ ਪਿੰਡੋ ਜਿਹਨੂੰ ਮਰਜ਼ੀ ਕਹਿ ਦੋ ਆ ਜਾਂਦੇ ਆ, ਮੇਨ ਚੀਜ਼ ਚਵਾਈ ਆਉਂਦੀ ਹੋਵੇ ਬੰਦੇ ਨੂੰ, ਚਵਾਈ ਟੋਪ ਦੀ ਆਉਂਦੀ ਹੋਵੇ, ਕਿਉਂਕਿ ਤੁਹਾਨੂੰ ਪਤਾ ਮੈਂ ਠੀਕ ਨਹੀਂ ਰਿਹਾ, ਮੈਂ ਲਗਭਗ ਮੈਂ ਥੱਲੇ ਬਹਿੰਦਾ, ਹੈਨਾ, ਤੇ ਚਵਾਈ ਵੀ ਚੰਗੀ ਆਉਂਦੀ ਹੋਵੇ ਵੀ ਜਿਹੜਾ ਮਤਲਬ ਕੋਈ ਮੈਂ ਪਾਸ ਹੋਈ ਤੇ ਕੋਈ ਇਹ ਨਾ ਕਿ ਤੇਰੀ ਮੈਂ ਗਲਤ ਵਾ, ਬਿਲਕੁਲ, ਹੈਨਾ, ਚਵਾਵਾ ਚੰਗਾ ਚਾਹੀਦਾ ਹੈਗਾ ਵਾ। ਬਾਕੀ ਤੇ ਚਲੋ ਕੰਮ ਤੋਂ 19-21 ਵਾਧਾ ਘਾਟਾ ਚੱਲਦਾ, ਇਹਦਾ ਕੰਮ ਦੀ ਨਹੀਂ ਕੋਈ ਗੱਲ, ਬਿਲਕੁਲ, ਹੈਨਾ। ਤੇ ਬੇਨਤੀ ਇਹ ਹੋਇਆ ਵੀ ਬੰਦਾ ਜਿੰਨੇ ਵੀ ਮੇਰਾ ਵੀਰ ਫੋਨ ਕਰਨਾ ਵਾ ਉਹਨੂੰ ਚਵਾਈ ਪੂਰੀ ਆਉਂਦੀ ਹੋਵੇ, ਤਨਖਾਹ ਵਧੀਆ ਮਿਲੂ, ਰਹਿਣ ਨੂੰ ਜਗ੍ਹਾ ਵਧੀਆ ਮਿਲੂ, ਜਿੱਦਾਂ ਦਾ ਪ੍ਰਸ਼ਾਦਾ ਅਸੀਂ ਛੱਕਦੇ ਉਹਨੂੰ ਦੇਵਾਂਗੇ, ਬਿਲਕੁਲ ਬਾਜੀ, ਹੈਨਾ, ਬਿਲਕੁਲ। ਤੇ ਅੱਗੇ ਵੀ ਉਹਨੇ ਬੰਦਾ ਪਹਿਲਾਂ ਤੋਂ ਵੀ ਰਹਿੰਦੇ ਰਹੇ, ਜਿੰਨਾ ਵੀ ਜਿੰਨਾ ਕਿਸੇ ਦਾ ਅੰਨ ਪਾਣੀ ਰਲਿਆ ਹੁੰਦਾ ਨਾ ਉਨਾ ਚਿਰ ਵਧੀਆ, ਬਿਲਕੁਲ ਜੀ, ਲਾ ਜਾਂਦਾ ਵਾ। ਜਦੋਂ ਕਿਸੇ ਦਾ ਪ੍ਰਸ਼ਾਦਾ ਪਾਣੀ ਜਾਂ ਦਾਣੇ ਆਪਣੇ ਤੋਂ ਖਤਮ ਹੋ ਜਾਂਦੇ ਆ, ਫਿਰ ਕੋਈ ਘਰ ਦਰਜੇਵਾ ਪੈ ਗਿਆ ਜਾਂ ਆਪ ਨਹੀਂ ਠੀਕ, ਕੁਛ ਨਾ ਕੁਛ ਬੰਦਾ ਇਨਸਾਨ ਆ, ਕੁਛ ਨਾ ਕੁਛ ਹੋਇਆ ਹੀ ਰਹਿੰਦਾ, ਹੈਨਾ। ਤੇ ਇਸ ਕਰਕੇ ਕੁਛ ਇਹੀ ਆ ਕਿ ਦੋਵੇਂ ਜੀ ਹੁਣ ਚਲੋ ਘਰ ਦਾ ਕੰਮ ਵੀ ਨਾਲ, ਹਾਂ, ਉਹਨਾਂ ਨੂੰ ਵੀ ਫਾਇਦਾ ਵਾ, ਪ੍ਰਸ਼ਾਦਾ ਪਾਣੀ ਛਕਣਗੇ, ਜਿਹੜੇ ਪੈਸੇ 4 ਮਿਲਣਗੇ ਉਹਨਾਂ ਦੇ ਜੁੜ ਜਾਣਗੇ, ਹੈਨਾ। ਤੇ ਸਿੰਗਲ ਵੀ ਹੋਊਗਾ ਤਾਂ ਵੀ ਕੋਈ ਗੱਲ ਨਹੀਂ, ਜਿੱਦਾਂ ਕਿਸੇ ਦਾ ਕੋਈ ਚੰਗਾ ਲੱਗੇ, ਚਵਾਵਾ ਜ਼ਰੂਰ ਹੋਵੇ, ਚਵਾਈ ਵਾਲਾ ਜ਼ਰੂਰ ਹੋਵੇ। ਤੇ ਕੋਈ ਮੇਰਾ ਵੀਰ ਇਹ ਨਹੀਂ ਗਾ, ਭਾਵੇਂ ਆਪਣੇ ਪੰਜਾਬ ਦਾ ਹੋਵੇ, ਭਾਵੇਂ ਯੂਪੀ ਦਾ ਹੋਵੇ, ਭਾਵੇਂ ਬਿਹਾਰ ਦਾ ਹੋਵੇ, ਕੋਈ ਮਸਲਾ ਨਹੀਂ, ਮਸਲਾ ਇਸ ਕਰਕੇ ਆ ਵੀ ਸਿਰਫ ਇਹ ਤੇ ਗੱਲਾਂ ਹੀ ਆ ਕਰਨੀਆਂ, ਬਾਕੀ ਤਾਂ ਸਾਰੇ ਆਪਾਂ ਇੱਕ ਹੀ ਆ, ਬਿਲਕੁਲ ਬਾਜੀ, ਬਿਲਕੁਲ ਬਿਲਕੁਲ, ਹੈਨਾ। ਤੇ ਇੰਨੀਆਂ ਕੁ ਬੇਨਤੀਆਂ ਵਾ ਸਾਰਿਆਂ ਮੇਰਾ ਵੀਰਾਂ ਨੂੰ, ਗੌਰ ਨਾਲ ਵੀਡੀਓ ਸੁਣਿਓ, ਕੋਈ ਆਪਣਾ ਹੀ ਭੈਣ ਭਰਾ ਮਿਲ ਜਾਏ ਤਾਂ ਜ਼ਿਆਦਾ ਵਧੀਆ, ਪੰਜਾਬੀ ਆਪਣਾ ਮਿਲ ਜਾਏ ਤਾਂ ਬਹੁਤ ਵਧੀਆ ਵਾ, ਕਿਉਂਕਿ ਵੀਡੀਓ ਤਾਂ ਸਾਰੇ ਦੇਖਦੇ ਆ, ਬਿਲਕੁਲ ਜੀ। ਤੇ ਚੰਗਾ ਇਨਸਾਨ ਮਿਲ ਜਾਏ ਤੇ ਮੇਰੀ ਵੀ ਜ਼ਿੰਦਗੀ ਸੁਖੀ, ਉਹ ਵੀ ਸੁਖੀ, ਚਲੋ ਦੋਵੇਂ ਤੇ ਸੋਚੀਏ ਨਾ, ਕੰਮ ਵਾਲਾ ਚੰਗਾ ਨਾ, ਕਈ ਵਾਰ ਬੰਦੇ ਚ ਉਂਤਾਂ ਮੇਰੀ ਆਤਮਾ ਇੰਨੀ ਸਿੱਧੀ ਕਦੀ ਕਿਸੇ ਬੰਦੇ ਨੂੰ ਕੁਛ ਕਿਹਾ, ਆਪਣਾ ਨੂੰ ਇਹੋ ਜਿਹਾ ਵੀ ਆਪਣੇ ਬੱਚਿਆਂ ਵਾਂਗੂ, ਪਰਿਵਾਰ ਵਾ ਜਿਹੜਾ ਆਇਆ ਵਿਚਾਰਾ ਕੰਮ ਕਰਕੇ,
ਤੇ ਕੋਈ ਗੱਲ ਨੀ ਗੀ 19-21 ਕੰਮਾਂ ਚ ਕੰਮ ਕਰੀਏ ਬੰਦਾ ਆਪਣਾ ਫੋਨ ਲੈ ਕੇ ਕਈ ਵਾਰ ਆਹੀ ਕੰਮ ਕਰਦੇ ਨੇ ਉਹ ਫੋਨ ਲੈ ਕੇ ਬਾਹਰ ਘੁੰਮਦਾ ਹੁੰਦਾ ਵਾ ਤਾਂ ਵੀ ਮੈਂ ਤੈਨੂੰ ਹੁਣ ਕੋਈ ਗੱਲ ਕਿਹੜੀ ਗੱਲ ਹੈ ਤੇਰਾ ਗਾਹ ਖਲੋਤਾ ਆਣਾ ਤੇ ਉਹਨੇ ਕਿਹਾ ਵੀ ਹੁਣ ਇਹ ਗਾਹ ਖਲੋਤਾ ਤੇ ਆਪ ਬੜ ਚੱਲ ਜਾ ਪਰ ਫਿਰ ਇਹਨਾਂ ਕੋਈ ਗੱਲ ਨਹੀਂ ਸੰਦੀਪ ਜੀ ਇਹਨਾਂ ਚੀਜ਼ਾਂ ਨੂੰ ਅਸੀਂ ਕੰਮ ਕੀਤਾ ਮੈਂ ਟਰਾਂਸਪੋਰਟ ਲੈਣ ਵੀ ਕੀਤੀ ਇਹ ਚੀਜ਼ਾਂ ਸਾਰੀਆਂ ਸਹਿਣ ਕਰਾਂਗੇ ਤੇ ਕਾਰੋਬਾਰ ਕਰਾਂਗੇ ਬਿਲਕੁਲ ਜੀ ਜੇ ਆਪਾਂ ਨੂੰ ਆਖਿਆ ਇੱਕ ਮਿੰਟ ਚ ਤੂੰ ਕਿਉਂ ਬਾਹਰ ਗਿਆ ਆਹ ਕਿਉਂ ਹੋਇਆ ਫਿਰ ਆਪਾਂ ਕਾਰੋਬਾਰ ਨਹੀਂ ਕਰ ਸਕਦੇ ਜੇ ਤੁਸੀਂ ਕਾਰੋਬਾਰੀ ਬਣਨਾ ਨਾ ਤੁਹਾਨੂੰ ਬਹੁਤ ਠੰਡਿਆ ਰਹਿਣਾ ਪੈਣਾ ਤਰੀਕੇ ਨਾਲ ਸਿਖਾਓ ਠੰਡੇ ਰਹਿਣਾ ਸਿਖਾਓ ਗਰਮੀ ਚ ਨਾ ਆਓ ਕਿਉਂਕਿ ਗੱਲ ਤੇ ਉਹੀ ਕਰਨੀ ਹੈ ਜੀ ਕਹਿ ਵੀ ਦੱਸ ਸਕਦੇ ਏਦਾਂ ਕਰ ਲਾ ਜੇ ਉਹ ਬਾਹਰ ਚਲ ਗਿਆ ਉਹਨੂੰ ਥੋੜੀ ਆਵਾਜ਼ ਪਈ ਹੋਣਾ ਮੈਨੂੰ ਮਤਲਬ ਜਿੱਦਾਂ ਝਿੜਕਿਆ ਬਿਲਕੁਲ ਤੇ ਜੇ ਆਖਿਆ ਜੀ ਕਰਕੇ ਬੁਲਾ ਲਿਆ ਨਾ ਮੈਨੂੰ ਕੁਛ ਵੀ ਨੀ ਕਿਹਾ ਇਸ ਕਰਕੇ ਬੰਦੇ ਨੂੰ ਪਿਆਰ ਨਹੀਂ ਰੱਖੀਦਾ ਵਾ ਤੇ ਬਾਕੀ ਇਹ ਅੰਜਲ ਜਿੰਨਾ ਚਿਰ ਕਿਸੇ ਨੇ ਰਹਿਣਾ ਪ੍ਰਸ਼ਾਦਾ ਪਾਣੀ ਕਰਮਾ ਜਿੰਨਾ ਚਿਰ ਉਹਨਾਂ ਚਿਰ ਰਹਿਣਾ ਹੋਰ ਸਭ ਸੰਭਾਵ ਮੇਰਾ ਜੀ ਚਲੋ ਠੀਕ ਆ ਠੀਕ ਹੈ ਜੀ ਤੇ ਹੋਰ ਬਾਈ ਨੇ ਗੱਲਬਾਤ ਕਰ ਲੈ ਫੋਨ ਤੇ ਕੰਟੈਕਟ ਕਰ ਸਤਿ ਸ਼੍ਰੀ ਅਕਾਲ।